ਤਰਖਾਣਾ ਟਾਵਰ ਆ ਜੀ 120 ਫੁੱਟ ਲੰਮਾ, ਜਿਹੜਾ ਸ਼੍ਰੀ ਮੁਕਤਸਰ ਸਾਹਿਬ। ਅੱਜ ਹਨੇਰੀ ਆਈ, ਇੱਥੇ ਆ ਰੂੜੀਆਂ ਵਗੈਰਾ ਲੱਗੀਆਂ ਪਈਆਂ ਸੀ, ਇਹਦੇ ਨਾਲ ਥੱਲਿਓਂ ਗਲ ਗਿਆ ਇਹ, ਕਿਸੇ ਮਹਿਕਮੇ ਦੇਖ ਰੇਖ ਨਹੀਂ ਕੀਤੀ ਅਤੇ ਆਹ ਟਾਵਰ ਡਿੱਗ ਪਿਆ। ਦੋ ਘਰਾਂ 'ਤੇ ਟਾਵਰ ਡਿੱਗਿਆ, ਇੱਕ ਦੁਕਾਨ ਸੀ ਕਟਿੰਗ ਵਾਲੀ, ਉੱਥੇ 4-5 ਲੜਕੇ ਬੈਠੇ ਸੀ ਅਤੇ ਉਹਦੇ ਸਿਰ 'ਚ ਸੱਟ ਲੱਗੀ ਲੜਕੇ ਦੇ। 120 ਫੁੱਟ ਲੰਮਾ ਟਾਵਰ ਹੈ ਜੀ। ਪੰਜਾਬ 'ਚ ਬਦਲ ਰਹੇ ਮੌਸਮ ਦੇ ਚੱਲਦੇ ਤੇਜ਼ ਹਨੇਰੀਆਂ ਦਾ ਅਸਰ ਵੇਖਣ ਨੂੰ ਮਿਲ ਰਿਹਾ ਤੇ ਹੁਣ ਤੇਜ਼ ਹਨੇਰੀ ਦਾ ਕਹਿਰ ਵੇਖਣ ਨੂੰ ਮਿਲਿਆ ਜਦੋਂ 25 ਸਾਲ ਪੁਰਾਣਾ ਟਾਵਰ ਡਿੱਗ ਗਿਆ ਤੇ ਇਸ ਟਾਵਰ ਦੇ ਡਿੱਗਣ ਕਾਰਨ ਕਈ ਘਰਾਂ ਦਾ ਨੁਕਸਾਨ ਹੋਇਆ ਤੇ ਇੱਕ ਦੁਕਾਨ ਵੀ ਨੁਕਸਾਨੀ ਗਈ ਤੇ ਦੁਕਾਨ ਦੇ ਵਿੱਚ ਬੈਠੇ ਕੁਝ ਨੌਜਵਾਨਾਂ ਤੇ ਇਹ ਟਾਵਰ ਡਿੱਗਿਆ, ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਦੇ ਸਿਰ ਉੱਤੇ ਸੱਟ ਲੱਗਿਆ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਹ 120 ਫੁੱਟ ਲੰਮਾ ਟਾਵਰ BSNL ਦਾ ਹੈ ਜੋ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਵਿੱਚ ਲੱਗਿਆ ਹੋਇਆ। ਰੂੜੀਆਂ ਦੇ ਕਾਰਨ ਇਸਦੇ ਪਾਈਪ ਗਲ ਗਏ ਜਿਸ ਕਾਰਨ ਇਹ ਤੇਜ਼ ਹਨੇਰੀ ਦਾ ਅਸਰ ਚੱਲ ਨਹੀਂ ਪਾਇਆ ਤੇ ਡਿੱਗ ਗਿਆ। ਦੋ ਘਰਾਂ ਤੇ ਇੱਕ ਦੁਕਾਨ ਤੇ ਇਹ ਟਾਵਰ ਡਿੱਗ ਗਿਆ ਅਤੇ ਦੁਕਾਨ ਤੇ ਕੁਝ ਨੌਜਵਾਨ ਬੈਠੇ ਸਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੇ ਸਿਰ ਤੇ ਇਹ ਟਾਵਰ ਆ ਕੇ ਲੱਗਿਆ ਜਿਸ ਕਾਰਨ ਉਸਦੇ ਸੱਟਾਂ ਲੱਗੀਆਂ ਨੇ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਪੰਜਾਬ ਦੇ ਕਈ ਇਲਾਕਿਆਂ 'ਚ ਤੇਜ਼ ਹਨੇਰੀ ਤੇ ਤੂਫਾਨ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਤੇ ਹੁਣ ਇਸ ਤੇਜ਼ ਹਨੇਰੀ ਨੇ ਮੁਕਤਸਰ 'ਚ ਇਹ ਤਬਾਹੀ ਮਚਾਈ ਹੈ ਜਿਸ ਕਾਰਨ 25 ਸਾਲ ਪੁਰਾਣਾ ਟਾਵਰ ਡਿੱਗ ਗਿਆ, ਦੋ ਘਰਾਂ ਦਾ ਨੁਕਸਾਨ ਹੋਇਆ ਤੇ ਦੁਕਾਨ ਵੀ ਪੂਰੀ ਤਰ੍ਹਾਂ ਟੁੱਟ ਗਈ ਹੈ ਅਤੇ ਸਥਾਨਕ ਲੋਕਾਂ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਇਹ ਮੰਜ਼ਰ ਦਿਖਾਇਆ ਗਿਆ ਹੈ। ਇਹ ਸਾਰਾ ਬਈ ਰੂੜੀਆਂ ਕਰਕੇ ਡਿੱਗਿਆ, ਰੂੜੀਆਂ ਥੱਲੇ ਜੜ੍ਹ 'ਚ ਲਾਤੀਆਂ ਸੀ ਇਹਦੇ ਲੋਕਾਂ ਨੇ। ਆਹ ਘਰ ਦੁਕਾਨ ਡਿੱਗ ਪਈ ਆ ਦੇ ਹੈਂ, ਇਹ ਡਿੱਗਣਾ ਸੀ ਬਾਈ ਬੜੇ ਮੇਲੇ 'ਚ ਤੇ ਵੇਲ ਵੀ ਲੱਗੀ ਪਈ ਸੀ, ਇੱਕ ਰੂੜੀਆਂ ਥੱਲੇ ਹਟਦੇ ਨਹੀਂ ਸੀਗੇ ਲੋਕ। ਆਹ ਦੁਕਾਨ ਡਿੱਗ ਪਈ ਹੈ ਨਾ, ਤਰਖਾਣ ਵਾਲਾ ਸ਼੍ਰੀ ਮੁਕਤਸਰ ਸਾਹਿਬ 120 ਫੁੱਟ ਲੰਮਾ ਟਾਵਰ ਡਿੱਗਿਆ ਜੀ ਇੱਥੇ ਹਨੇਰੀ ਦੇ ਕਰਕੇ। ਥੱਲੇ ਰੂੜੀਆਂ ਲੱਗੀਆਂ ਹੋਈਆਂ ਸੀ ਟਾਵਰ ਦੇ, ਗਲਿਆ ਪਿਆ ਸੀ ਪਰ ਕਿਸੇ ਮਹਿਕਮੇ ਨੇ ਕੋਈ ਦੇਖਿਆ ਨਹੀਂ ਆ ਕੇ। ਤਰਖਾਣਾ ਵਾਲਾ ਟਾਵਰ ਆ ਜੀ 120 ਫੁੱਟ ਲੰਮਾ, ਜਿਹੜਾ ਸ਼੍ਰੀ ਮੁਕਤਸਰ ਸਾਹਿਬ। ਅੱਜ ਹਨੇਰੀ ਆਈ, ਇੱਥੇ ਆ ਰੂੜੀਆਂ ਵਗੈਰਾ ਲੱਗੀਆਂ ਪਈਆਂ ਸੀ, ਇਹਦੇ ਨਾਲ ਥੱਲਿਓਂ ਗਲ ਗਿਆ ਇਹ, ਕਿਸੇ ਮਹਿਕਮੇ ਦੇਖ ਰੇਖ ਨਹੀਂ ਕੀਤੀ ਅਤੇ ਆਹ ਟਾਵਰ ਡਿੱਗ ਪਿਆ। ਦੋ ਘਰਾਂ 'ਤੇ ਟਾਵਰ ਡਿੱਗਿਆ, ਇੱਕ ਦੁਕਾਨ ਸੀ ਕਟਿੰਗ ਵਾਲੀ, ਉੱਥੇ 4-5 ਲੜਕੇ ਬੈਠੇ ਸੀ ਅਤੇ ਉਹਦੇ ਸਿਰ 'ਚ ਸੱਟ ਲੱਗੀ ਲੜਕੇ ਦੇ। 120 ਫੁੱਟ ਲੰਮਾ ਟਾਵਰ ਹੈ ਜੀ। ਪੰਜਾਬ 'ਚ ਬਦਲ ਰਹੇ ਮੌਸਮ ਦੇ ਚੱਲਦੇ ਤੇਜ਼ ਹਨੇਰੀਆਂ ਦਾ ਅਸਰ ਵੇਖਣ ਨੂੰ ਮਿਲ ਰਿਹਾ ਤੇ ਹੁਣ ਤੇਜ਼ ਹਨੇਰੀ ਦਾ ਕਹਿਰ ਵੇਖਣ ਨੂੰ ਮਿਲਿਆ ਜਦੋਂ 25 ਸਾਲ ਪੁਰਾਣਾ ਟਾਵਰ ਡਿੱਗ ਗਿਆ ਤੇ ਇਸ ਟਾਵਰ ਦੇ ਡਿੱਗਣ ਕਾਰਨ ਕਈ ਘਰਾਂ ਦਾ ਨੁਕਸਾਨ ਹੋਇਆ ਤੇ ਇੱਕ ਦੁਕਾਨ ਵੀ ਨੁਕਸਾਨੀ ਗਈ ਤੇ ਦੁਕਾਨ ਦੇ ਵਿੱਚ ਬੈਠੇ ਕੁਝ ਨੌਜਵਾਨਾਂ ਤੇ ਇਹ ਟਾਵਰ ਡਿੱਗਿਆ, ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਦੇ ਸਿਰ ਉੱਤੇ ਸੱਟ ਲੱਗਿਆ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਹ 120 ਫੁੱਟ ਲੰਮਾ ਟਾਵਰ BSNL ਦਾ ਹੈ ਜੋ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਵਿੱਚ ਲੱਗਿਆ ਹੋਇਆ। ਰੂੜੀਆਂ ਦੇ ਕਾਰਨ ਇਸਦੇ ਪਾਈਪ ਗਲ ਗਏ ਜਿਸ ਕਾਰਨ ਇਹ ਤੇਜ਼ ਹਨੇਰੀ ਦਾ ਅਸਰ ਚੱਲ ਨਹੀਂ ਪਾਇਆ ਤੇ ਡਿੱਗ ਗਿਆ। ਦੋ ਘਰਾਂ ਤੇ ਇੱਕ ਦੁਕਾਨ ਤੇ ਇਹ ਟਾਵਰ ਡਿੱਗ ਗਿਆ ਅਤੇ ਦੁਕਾਨ ਤੇ ਕੁਝ ਨੌਜਵਾਨ ਬੈਠੇ ਸਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੇ ਸਿਰ ਤੇ ਇਹ ਟਾਵਰ ਆ ਕੇ ਲੱਗਿਆ ਜਿਸ ਕਾਰਨ ਉਸਦੇ ਸੱਟਾਂ ਲੱਗੀਆਂ ਨੇ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਪੰਜਾਬ ਦੇ ਕਈ ਇਲਾਕਿਆਂ 'ਚ ਤੇਜ਼ ਹਨੇਰੀ ਤੇ ਤੂਫਾਨ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਤੇ ਹੁਣ ਇਸ ਤੇਜ਼ ਹਨੇਰੀ ਨੇ ਮੁਕਤਸਰ 'ਚ ਇਹ ਤਬਾਹੀ ਮਚਾਈ ਹੈ ਜਿਸ ਕਾਰਨ 25 ਸਾਲ ਪੁਰਾਣਾ ਟਾਵਰ ਡਿੱਗ ਗਿਆ, ਦੋ ਘਰਾਂ ਦਾ ਨੁਕਸਾਨ ਹੋਇਆ ਤੇ ਦੁਕਾਨ ਵੀ ਪੂਰੀ ਤਰ੍ਹਾਂ
ਟੁੱਟ ਗਈ ਹੈ ਅਤੇ ਸਥਾਨਕ ਲੋਕਾਂ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਇਹ ਮੰਜ਼ਰ ਦਿਖਾਇਆ ਗਿਆ ਹੈ। ਇਹ ਸਾਰਾ ਬਈ ਰੂੜੀਆਂ ਕਰਕੇ ਡਿੱਗਿਆ, ਰੂੜੀਆਂ ਥੱਲੇ ਜੜ ਚ ਲਾਤੀਆਂ ਸੀ ਇਹਦੇ ਲੋਕਾਂ ਨੇ। ਆਹ ਘਰ ਦੁਕਾਨ ਡਿੱਗ ਪਈ ਆ ਦੇ ਹੈਂ, ਇਹ ਡਿੱਗਣਾ ਸੀ ਬਾਈ ਬੜੇ ਮੇਲੇ 'ਚ ਤੇ ਵੇਲ ਵੀ ਲੱਗੀ ਪਈ ਸੀ, ਇੱਕ ਰੂੜੀਆਂ ਥੱਲੇ ਹਟਦੇ ਹੀ ਨਹੀਂ ਸੀਗੇ ਲੋਕ। ਆਹ ਦੁਕਾਨ ਡਿੱਗ ਪਈ ਹੈ ਤਰਖਾਣ ਵਾਲਾ ਸ਼੍ਰੀ ਮੁਕਤਸਰ ਸਾਹਿਬ, 120 ਫੁੱਟ ਲੰਮਾ ਟਾਵਰ ਡਿੱਗਿਆ ਜੀ ਇੱਥੇ ਹਨੇਰੀ ਦੇ ਕਰਕੇ, ਥੱਲੇ ਰੂੜੀਆਂ ਲੱਗੀਆਂ ਹੋਈਆਂ ਸੀ ਟਾਵਰ ਦੇ, ਗਲਿਆ ਪਿਆ ਸੀ ਪਰ ਕਿਸੇ ਮਹਿਕਮੇ ਨੇ ਕੋਈ ਦੇਖਿਆ ਨਹੀਂ ਆ ਕੇ।